ਪਰਮ ਸਤਿਕਾਰਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਖੋਵਾਲ ਦਾ ਥੇ, ਜਿਸ ਦਾ ਨਾਮ ਮਾਖੋ ਦੈਂਤ ਦੇ ਨਾਮ 'ਤੇ ਪ੍ਰਚਲਿਤ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਕੋਲੋਂ 22,000 ਦੀ ਕੀਮਤ ਤਾਰ ਕੇ ਮਾਖੋਵਾਲ ਦੀ ਧਰਤੀ ਮੁੱਲ ਲੈ ਕੇ 19 ਜੂਨ 1665 ਈਸਵੀ ਵਿੱਚ ਚੱਕ ਮਾਤਾ ਨਾਨਕੀ ਦਾ ਨਗਰ ਵਸਾਇਆ। 10ਵੇਂ ਪਾਤਸ਼ਾਹ ਨੇ ਇਸ ਦਾ ਨਾਮ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਇਹ ਅਨੰਦਪੁਰ ਦੀ ਧਰਤੀ ਆਨੰਦਾਂ ਦਾ ਭੰਡਾਰ ਹੈ। ਇਸ ਅਨੰਦਪੁਰ ਦੀ ਧਰਤੀ ਨੇ ਆਪਣੇ ਸੀਨੇ ਵਿੱਚ ਇਤਿਹਾਸ ਦਾ ਬਹੁਤ ਹੀ ਅਨਮੁੱਲਾ ਭੰਡਾਰ ਸਾਂਭਿਆ ਹੋਇਆ ਹੈ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੀ ਸਿਫਤ ਬਾਰੇ ਗਿਆਨੀ ਰਿਸ਼ਪਾਲ ਸਿੰਘ ਪਾਲ, ਗੁਰਵਿੰਦਰ ਸਿੰਘ ਹੀਰਾ, ਪਰਮਜੀਤ ਸਿੰਘ ਪੰਮੀ, ਬਲਜੀਤ ਸਿੰਘ ਨਿਮਾਣਾ, ਪਾਲਾ ਵਾਲਾ ਜਥਾ ਇਉਂ ਬਿਆਨ ਕਰ ਰਿਹਾ ਹੈ।
ਦੇ ਨਿਸ਼ਾਨ ਸਿੰਘ ਇੱਕ ਤੀਰਾਂ ਦੇ ਤੇ ਪੱਖੋਂ ਦੇ ਚੋਰ ਸੀ। ਕਿਲੇ ਸੀ ਉਸਾਰੇ ਇਹਦੀ ਰੱਖੀ ਵਾਲੇ ਵੇਖ ਜ਼ੁਲਮਾਂ ਦਾ ਦੌਰ ਸੀ। ਲੱਗੀਆਂ ਦੀ ਝੁੱਲ ਦੇ ਨਿਸ਼ਾਨ ਸੀ। ਚਾੜ ਕੇ ਜੋ ਆਏ ਵੱਡੇ ਖੱਬੀ ਤਾਣ ਮੁੜ ਖਾ ਕੇ ਇੱਥੋਂ ਹਾਰ ਬਈ। ਭਾਗਾਂ ਵਾਲੀ ਧਰਤੀ ਅਨੰਦਪੁਰ ਦੀ ਅਨੰਦਾਂ ਦਾ ਭੰਡਾਰ ਬਈ। ਭਾਗਾਂ ਵਾਲੀ ਧਰਤੀ ਅਨੰਦਪੁਰ ਦੀ ਅਨੰਦਾਂ ਦਾ ਭੰਡਾਰ ਬਈ। ਗੁਰੂ ਘਰ ਦੀ ਚੜ੍ਹਤ ਵੇਖ ਕੇ ਬਾਈ ਧਾਰ ਦੇ ਰਾਜੇ ਈਰਖਾ ਵਿੱਚ ਸੜਨ ਲੱਗੇ। ਛੋਟੀਆਂ ਮੋਟੀਆਂ ਜੰਗਾਂ ਹਾਰਨ ਤੋਂ ਬਾਅਦ ਬਾਈ ਧਾਰੀਆਂ ਨੇ ਇੱਕ ਸਕੀਮ ਬਣਾਈ ਕਿ ਹਾਥੀ ਨੂੰ ਸ਼ਰਾਬ ਨਾਲ ਮਸਤ ਬਣਾ ਕੇ ਆਨੰਦਪੁਰ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਿਆ ਜਾਵੇ। ਇਸ ਮੀਟਿੰਗ ਦੀ ਸਾਰੀ ਕਾਰਵਾਈ ਗੁਰੂ ਘਰ ਦਾ ਇੱਕ ਸੂਹੀਆ ਸਿੱਖ ਦਸ਼ਮ ਪਾਤਸ਼ਾਹ ਨੂੰ ਭਰੇ ਦਰਬਾਰ ਵਿੱਚ ਇਉਂ ਆ ਕੇ ਦੱਸਦਾ ਹੈ। ਸੁਣਾਉਂਦਾ ਵੱਲ ਕਿਲੇ ਦੇ ਮਸਤਿਆਤੀ ਤਾਂ ਵਧਿਆ ਆਉਂਦਾ ਏ ਗੁਰੂ ਜੀ। ਵੱਲ ਕਿਲੇ ਦੇ ਮਸਤਿਆਤੀ ਤਾਂ ਵਧਿਆ ਆਉਂਦਾ ਏ
ਹਾਥੀ ਮਗਰ ਫੌਜ ਹੈ ਭਾਰੀ, ਜਿਸਨੇ ਕੀਤੀ ਖੂਬ ਤਿਆਰੀ, ਹੈ ਹਥਿਆਰ ਬੰਦ ਉਹ ਸਾਰੀ ਪੈਰੀ ਚੜਿਆ ਆਉਂਦਾ ਏ ਵੱਲ ਕਿਲੇ ਦੇ ਮਸਤੇ ਹਾਥੀ ਤਾਂ ਵਧਿਆ ਆਉਂਦਾ ਏ ਗੁਰੂ ਜੀ, ਵੱਲ ਕਿਲੇ ਦੇ ਮਸਤੇ ਹਾਥੀ ਤਾਂ ਵਧਿਆ ਆਉਂਦਾ ਏ ਸਾਰੀ ਵਾਰਤਾ ਸੁਣਨ ਉਪਰੰਤ ਕਲਗੀਧਰ ਪਾਤਸ਼ਾਹ ਨੇ ਦੁਨੀ ਚੰਦ ਮਸੰਦ ਵੱਲ ਇਸ਼ਾਰਾ ਕਰਕੇ ਆਖਿਆ, ਬਈ ਘਬਰਾਉਣ ਦੀ ਕੋਈ ਲੋੜ ਨਹੀਂ, ਮਸਤ ਹਾਥੀ ਦਾ ਮੁਕਾਬਲਾ ਸਾਡਾ ਦੁਨੀ ਚੰਦ ਮਸੰਦ ਕਰੇਗਾ। ਦੁਨੀ ਚੰਦ ਮਸੰਦ ਸਰੀਰ ਦਾ ਵਾਹਵਾ ਡਾਢਾ ਮੋਟਾ ਜਵਾਨ ਸੀ, ਖਾਣ ਪੀਣ ਵਿੱਚ ਸਭ ਤੋਂ ਅੱਗੇ ਰਹਿੰਦਾ ਸੀ। ਦਸਵੇਂ ਪਾਤਸ਼ਾਹ ਦੁਨੀ ਚੰਦ ਮਸੰਦ ਬਾਰੇ ਸੰਗਤਾਂ ਨੂੰ ਇਸ ਤਰ੍ਹਾਂ ਦੱਸਦੇ ਹਨ। ਸੁਣ ਪੂਰਾ ਵਾਰਤਾ ਹੁੰਗਾਰਾ ਭਰਿਆ, ਦੁਨੀ ਚੰਦ ਵੱਲ ਸੀ ਇਸ਼ਾਰਾ ਕਰਿਆ, ਗੁਰੂ ਖਾਲਸੇ ਦੇ ਹੌਸਲੇ ਬੁਲੰਦ ਬਈ, ਗੁਰੂ ਖਾਲਸੇ ਦੇ ਹੌਸਲੇ ਬੁਲੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ। ਸਮਾਨ ਸੱਤ ਫੁੱਟ ਕੱਦ ਬਈ, ਖਾਣ ਪੀਣ ਵਿੱਚ ਸਭ ਤੋਂ ਹੈ ਵੱਧ ਬਈ, ਹਾਥੀ ਦੇ ਸਮਾਨ ਸੱਤ ਫੁੱਟ ਕੱਦ ਬਈ, ਖਾਣ ਪੀਣ ਵਿੱਚ ਸਭ ਤੋਂ ਹੈ ਵੱਧ ਬਈ, ਵੇ ਲਖਾ ਕੇ ਹਰ ਰੁੱਟ ਦਾ ਆਨੰਦ ਬਈ, ਵੇ ਲਖਾ ਕੇ ਹਰ ਰੁੱਟ ਦਾ ਆਨੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ, ਹਾਥੀ ਨਾਲ ਲੜੂ ਸਾਡਾ ਦੁਨੀ ਚੰਦ ਬਈ।
ਤੱਕ ਜਾਵਦਾ ਪਤਾ ਨੀ ਖੁਰਾਕ ਕਿੱਦਾਂ ਹੈ ਪੰਜਾਬ ਦਾ ਦੇਖ ਦੇ ਕੜਾ ਹੈ ਸਾਰੇ ਛੱਕ ਜਾਵਦਾ ਪਤਾ ਨੀ ਖੁਰਾਕ ਕਿੱਦਾਂ ਹੈ ਪੰਜਾਬ ਦਾ ਇਹਨੂੰ ਵੇਖ ਲੰਗਰ ਹੋ ਜਾਂਦਾ ਬੰਦ ਪਈ ਇਹਨੂੰ ਵੇਖ ਲੰਗਰ ਹੋ ਜਾਂਦਾ ਬੰਦ ਪਈ ਹਾਥੀ ਨਾਲ ਲੜੂ ਸਾਡਾ ਦੂਣੀ ਚੱਲ ਪਈ ਹਾਥੀ ਨਾਲ ਲੜੂ ਸਾਡਾ ਦੂਣੀ ਚੱਲ ਪਈ ਹਾਥੀ ਨਾਲ ਲੜੂ ਸਾਡਾ ਦੂਣੀ ਚੱਲ ਪਈ ਜ਼ਿੰਦਗੀ ਲੰਘਾਈ ਪੈਨ ਨਦ ਖਾਣ ਚ ਦੂਣੀ ਚੰਦ ਹੁਣ ਨਿੱਤ ਨੂੰ ਮੈਦਾਨ ਚ ਜ਼ਿੰਦਗੀ ਲੰਘਾਈ ਪੈਨ ਨਦ ਖਾਣ ਚ ਦੂਣੀ ਚੰਦ ਹੁਣ ਨਿੱਤ ਨੂੰ ਮੈਦਾਨ ਚ ਬਿਨਾ ਕੁਰਬਾਨੀ ਜ਼ਿੰਦਗੀ ਹੈ ਗੰਦ ਪਈ ਬਿਨਾ ਕੁਰਬਾਨੀ ਜ਼ਿੰਦਗੀ ਹੈ ਗੰਦ ਪਈ ਹਾਥੀ ਨਾਲ ਲੜੂ ਸਾਡਾ ਦੂਣੀ ਚੰਦ 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 ਬਈ 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 ਦੂਣੀ ਚੰਦ ਮਸੰਤ ਨੇ ਆਖਿਆ ਮਹਾਰਾਜ ਕਦੇ ਬੰਦਾ ਵੀ ਹਾਥੀ ਦਾ ਮੁਕਾਬਲਾ ਕਰ ਸਕਦਾ ਹੈ ਤੁਸੀਂ ਤਾਂ ਇਸ ਬਹਾਨੇ ਮੈਨੂੰ ਹਾਥੀ ਨਾਲ ਲੜਾ ਕੇ ਮਰਵਾਉਣਾ ਚਾਹੁੰਦੇ ਹੋ ਕਲਗੀਧਰ ਮਹਾਰਾਜ ਨੇ ਅਨੇਕਾਂ ਦਲੀਲਾਂ ਦਿੱਤੀਆਂ ਪਰ ਇਸ ਡਰਪੋਕ ਤੇ ਅਗਿਆਨੀ ਦੂਣੀ ਚੰਦ ਤੇ ਕੋਈ ਅਸਰ ਨਾ ਹੋਇਆ ਆਖਿਰ ਟਿਕੀ ਰਾਤ ਨੂੰ ਆਪਣੇ ਸਾਥੀਆਂ ਨਾਲ ਰਲ ਕੇ ਕਿਲੇ ਚੋਂ ਬਾਹਰ ਭੱਜਣ ਦੀ ਵਿਉਂਤ ਇਉਂ ਬਣਾਉਣ ਲੱਗਾ ਬਈ We'll be right back.
ਜਿਸ ਨੂੰ ਮਹਾਰਾਜ ਨੇ ਮਸਤ ਹਾਥੀ ਦਾ ਖਿਤਾਬ ਦਿੱਤਾ ਸੀ
ਉਹ ਮੌਤੋਂ ਡਰ ਕੇ ਭੱਜ ਗਿਆ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਪਰ ਖਾਲਸਾ ਜੀ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ, ਜਦੋਂ ਰੱਸੇ ਰਾਹੀਂ ਕਿਲੇ ਦੀ ਕੰਧ ਤੋਂ ਦੁਨੀ ਚੰਦ ਉਤਰਨ ਲੱਗਾ ਤਾਂ ਰੱਸਾ ਇਹਦਾ ਭਾਰ ਨਾ ਸਹਾਰ ਸਕਿਆ, ਰੱਸਾ ਅੱਧ ਵਿਚਾਲਿਆਂ ਟੁੱਟ ਗਿਆ, ਦੁਨੀ ਚੰਦ ਦੀ ਡਿੱਗਦਿਆਂ ਲੱਤ ਟੁੱਟ ਗਈ। ਘਰ ਪਹੁੰਚਦਿਆਂ ਗੁਰੂ ਤੋਂ ਬੇਮੁਖ ਹੋ ਕੇ ਕੈਰਾਂ ਦੀ ਮੌਤ ਤੇ ਮਰ ਗਿਆ। ਤੇ ਸਵੇਰੇ ਗੁਰੂ ਦਰਬਾਰ ਚ ਮਹਾਰਾਜ ਨੂੰ ਆ ਕੇ ਸਿੱਖ ਨੇ ਆਖਿਆ, ਸੱਚੇ ਪਾਤਸ਼ਾਹ ਜੀ ਜਿਹਨੂੰ ਤੁਸੀਂ ਮਸਤ ਹਾਥੀ ਦਾ ਖਿਤਾਬ ਦਿੱਤਾ ਸੀ ਤੁਹਾਡਾ ਮਸਤ ਹਾਥੀ ਭਗੌੜਾ ਹੋ ਗਿਆ ਜੇ। ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਸਿੱਖਾ ਫੇਰ ਕੀ ਹੋਇਆ, ਜੇ ਇੱਕ ਮਸਤ ਹਾਥੀ ਭਗੌੜਾ ਹੋ ਗਿਆ, ਸਾਡੇ ਦਰਬਾਰ ਵਿੱਚ ਬੱਬਰ ਸ਼ੇਰ ਬੈਠੇ ਨੇ ਜੋ ਹਾਥੀ ਦਾ ਮੁਕਾਬਲਾ ਕਰਨਗੇ। ਸੂਰਮਿਆਂ ਦੇ ਚਿਹਰਿਆਂ ਤੇ ਲਾਲੀਆਂ ਆ ਗਈਆਂ। ਸ਼ਹੀਦ ਭਾਈ ਮਨੀ ਸਿੰਘ ਦਾ ਪੁੱਤਰ ਭਾਈ ਬਚਿੱਤਰ ਸਿੰਘ ਮਧਰੇ ਦੇ ਕੱਦ ਦਾ, ਉਹਦੇ ਡੌਲੇ ਫਰਕੇ, ਉਹਦੇ ਖੂਨ ਨੇ ਖਾਧਾ ਵਾਲਾ ਗੁਰੂ ਮਹਾਰਾਜ ਦੇ ਦਰਬਾਰ 'ਚ ਆ ਕੇ ਗਲ 'ਚ ਪਾ ਕੇ ਪੱਲਾ ਹਾਥੀ ਨਾਲ ਮੁਕਾਬਲਾ ਕਰਨ ਵਾਸਤੇ ਇਉਂ ਬੇਨਤੀ ਕਰਦਾ ਹੈ।
ਸੜਕੇ ਪੈਰੀ ਆ ਰਿਹਾ ਉਹਦਾ ਮੂੰਹ ਮੋੜਾ, ਰਣ ਵਿੱਚ ਵੈਰੀ ਤਲਦੀਆਂ ਲੋਤਾਂ ਨੂੰ ਰੋੜਾ, ਚੜਕੇ ਪੈਰੀ ਆ ਰਿਹਾ ਉਹਦਾ ਮੂੰਹ ਮੋੜਾ, ਰਣ ਵਿੱਚ ਵੈਰੀ ਤਲਦੀਆਂ ਲੋਤਾਂ ਨੂੰ ਰੋੜਾ, ਬਖਸ਼ੋ ਪਲ ਹੁਣ ਦਾਸ ਨੂੰ ਸਰ ਹੱਥ ਟਕਾ ਕੇ ਹਾਥੀ ਨਾਲ ਮੁਕਾਬਲਾ ਕਰਾ ਜੰਗ ਵਿੱਚ ਜਾ ਕੇ, ਬਖਸ਼ੋ ਦਾਸ ਨੂੰ ਨਾ ਦੇਰ ਲਗਾਵੋ, ਦੁਸ਼ਮਣ ਦਾ ਮੂੰਹ ਮੋੜ ਦੋ ਹਥਿਆਰ ਫੜਾਵੋ, ਆ ਗਿਆ ਬਖਸ਼ੋ ਦਾਸ ਨੂੰ ਨਾ ਦੇਰ ਲਗਾਵੋ, ਦੁਸ਼ਮਣ ਦਾ ਮੂੰਹ ਮੋੜ ਦੋ ਹਥਿਆਰ ਫੜਾਵੋ, ਦੀਪ ਉਰਾ ਪੜ ਬਾਲਣਾ ਅੱਜ ਦੱਸੂਗਾ ਕੇ, ਹਾਥੀ ਨਾਲ ਮੁਕਾਬਲਾ ਕਰ ਜੰਗ ਵਿੱਚ ਜਾ ਕੇ, ਪਿਆਰੇ ਖਾਲਸਾ ਜੀ। ਗੱਲਾਂ ਲੋਕੀ ਬਹੁਤ ਕਰਦੇ ਨੇ, ਗੱਲਾਂ ਗੱਲਾਂ ਵਿੱਚ ਬੜਾ ਫਰਕ ਹੁੰਦਾ, ਕਈ ਆਖਦੇ ਪੀਣੀ ਸ਼ਰਾਬ ਮਾੜੀ, ਕਈ ਆਖਦੇ ਗੁਰਦਾ ਅਰਕ ਹੁੰਦਾ, ਸੇਵਾ ਗੁਰੂ ਘਰ ਦੀ ਉਹੀ ਕਰ ਸਕਦਾ ਲੱਗਾ ਸੇਵਾ ਦਾ ਜਿਹਨੂੰ ਫਰਕ ਹੁੰਦਾ। ਗੁਰੂ ਦਰਬਾਰ ਦੀ ਸੇਵਾ ਕਰਨ ਵਾਸਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਗੁਰੂ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੈ। ਸਤਿਗੁਰਾਂ ਨੇ ਆਖਿਆ ਬਚਿੱਤਰ ਸਿੰਘਾ, ਖੂਨੀ ਹਾਥੀ ਨਾਲ ਮੁਕਾਬਲਾ ਕਰਨਾ ਤੇ ਮੈਦਾਨੇ ਫਤਿਹ ਕਰਕੇ ਆਉਣੀ ਹੈ। ਭਾਈ ਸਾਹਿਬ ਕਹਿਣ ਲੱਗਾ, ਸੱਚੇ ਪਾਤਸ਼ਾਹ ਜੀ, ਦਾਸ ਨਿਮਾਣਾ ਹੈ, ਦਾਸ ਕੋਈ ਕਰਨ ਜੋਗਾ ਨਹੀਂ, ਜੇ ਆਪ ਦੀ ਕਿਰਪਾ ਹੋਵੇ ਕੀੜੀ ਨੂੰ ਹਾਥੀ ਨਾਲ ਲੜਾ ਸਕਦੇ ਹੋ, ਪਿੰਗਲਾ ਪਹਾੜ ਤੇ ਚੜ ਸਕਦੇ ਹੋ। ਮਹਾਰਾਜ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਆਪਣੇ ਸਿੰਘ ਨੂੰ ਇੱਕ ਨਾਗਣੀ ਦੀ ਬਖਸ਼ਿਸ਼ ਕੀਤੀ, ਆਪਣੇ ਸਿੰਘ ਨੂੰ ਆਪ ਤਿਆਰ ਕੀਤਾ, ਸੋਧ ਕੇ ਅਰਦਾਸਾਂ ਪਹਿਨ ਕੇ ਸ਼ਸਤਰ ਸੱਜੇ ਹੱਥ ਵਿੱਚ ਲੈ ਕੇ ਨਾਗਣੀ ਦੁਨੀਆਂ ਤੇ ਇੱਕ ਨਵੀਂ ਮਿਸਾਲ ਪੈਦਾ ਕਰਨ ਵਾਸਤੇ ਤਿਆਰ ਹੋ ਗਿਆ। ਮਹਾਰਾਜ ਦੇ ਇਸ਼ਾਰੇ ਦੇ ਨਾਲ ਖੁੱਲਿਆ ਕਿਹਦਾ ਦਰਵਾਜ਼ਾ, ਸਿੰਘ ਨੇ ਛੇੜਿਆ ਘੋੜਾ, ਖੂਨੀ ਹਾਥੀ ਦੇ ਮੱਥੇ ਵਿੱਚ ਨਾਗਣੀ ਦਾ ਵਾਰ ਕਰ ਲਈ ਸਤਿ ਸ੍ਰੀ ਅਕਾਲ ਦਾ ਜਕਾਰਾ ਏ ਇਉਂ ਛੱਡਿਆ ਬਈ। ਸਿੰਘ ਗੁਰੂ ਦੇ ਜੈਕਾਰਾ ਜਦੋਂ ਬੋਲਿਆ ਹਜਿਲ ਬਹਿਰੀਆਂ ਦਾ ਵਿੱਚੋਂ ਵਿੱਚ
ਸੱਚੀ ਡੋਲਿਆ ਕਿਤੇ ਸੂਰ ਮੇਰੇ ਘੋੜੇ ਤੇ ਸਵਾਰੀ ਸੂਰ ਮੇਰੇ ਘੋੜੇ ਤੇ ਸਵਾਰੀ ਤੇ ਜੱਟ ਅੱਜ ਕਾਰਾ ਚੜ ਕੇ We'll be right back.
ਛਾਣੂ ਚੀਕਾਂ ਮਾਰਦਾ ਮਨ ਤੋੜ ਦਿੱਤਾ ਸਾਰੇ ਬਾਈ ਧਾਰਦਾ ਹਾਥੀ ਪੱਜੇ ਆਪੇ ਛਾਣੂ ਚੀਕਾਂ ਮਾਰਦਾ ਮਨ ਤੋੜ ਦਿੱਤਾ ਸਾਰੇ ਬਾਈ ਧਾਰਦਾ ਕਮੀ ਪਿੰਡ ਹੈ ਰਟੈਂਡੇ ਵਾਲਾ ਗਾਮ ਦਾ ਪਿੰਡ ਹੈ ਰਟੈਂਡੇ ਵਾਲਾ ਗਾਮ ਦਾ ਉਹ ਸੂਰਮੇ ਦੇ ਗੀਤ ਪੜ ਕੇ ਹਗੀਤੀ ਜਗਦੇ 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 ਮਸਾਲ ਕੈਮ ਬੱਕਰੀ ਬਿਹਾਦੀ ਨਾਲੇ ਸੰਗ ਲਾਲੀ ਗਏ ਬਿਹਾਦੀ ਨਾਲੀ ਸੰਗ ਲਾਲੀ ਗਏ ਬਿਹਾਦੀ ਨਾਲੀ ਸੰਗ ਲਾਲੀ ਗਏ ਗੁੱਸੇ ਵਿੱਚ ਆ ਨਾਗਨੀ ਹਾਥੀ ਨੂੰ ਮਾਰੀ ਵਿੰਨ ਕੇ ਤਵੇ ਫੁਲਾ ਦੇ ਗਾਂ ਤਸਗੀ ਸਾਰੀ ਸਿੰਘ ਬਚਿੱਤਰ ਵਾਰ ਸੀ ਚੰਡੀ ਦੀ ਪੜਦਾ ਵੇਖੋ ਜੋਧਾ ਕਿਸ ਤਰ੍ਹਾਂ ਹਾਥੀ ਨਾਲ ਲੜਦਾ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਮੱਥੇ ਵਿੱਚ ਇੰਨੇ ਜ਼ੋਰ ਨਾਲ ਨਾਗਨੀ ਮਾਰੀ ਜੋ ਲੋਹੇ ਦੀਆਂ ਸੱਤ ਤਵੀਆਂ ਨੂੰ ਚੀਰ ਕੇ ਹਾਥੀ ਦੇ ਮੱਥੇ ਵਿੱਚ ਧਸ ਗਈ ਜ਼ਖਮੀ ਹੋਇਆ ਹਾਥੀ ਆਪਣੀਆਂ ਹੀ ਫੌਜਾਂ ਲੜਤਾੜਦਾ ਹੋਇਆ ਪਿਛਾਂ ਵੱਲ ਮੁੜ ਪਿਆ ਤੇ ਸਿੰਘਾਂ ਨੇ ਇਸ ਲੜਾਈ ਵਿੱਚ ਫਤਿਹ ਹਾਸਲ ਕੀਤੀ ਸਾਧ ਸੰਗਤ ਜੀ ਜਿਸ ਨਾਗਨੀ ਨਾਲ ਭਾਈ ਬਚਿੱਤਰ ਸਿੰਘ ਨੇ ਹਾਥੀ ਨਾਲ ਮੁਕਾਬਲਾ ਕੀਤਾ ਸੀ ਉਹ ਨਾਗਨੀ ਦੇ ਦਰਸ਼ਨ ਕਰਨ ਲਈ ਅਨੇਕਾਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਵਿਖੇ ਪਹੁੰਚਦੀਆਂ ਹਨ ਹਾਥੀ ਨਾਲ ਮੁਕਾਬਲਾ ਕਰਨਾ ਕੋਈ ਸਧਾਰਨ ਗੱਲ ਨਹੀਂ ਇਹ ਤਾਂ ਕਲਗੀਧਰ ਪਾਤਸ਼ਾਹ ਦੇ ਬਖਸ਼ੇ ਉਸ ਅੰਮ੍ਰਿਤ ਦੀ ਸ਼ਕਤੀ ਦਾ ਕਮਾਲ ਹੈ ਜਿਸ ਬਾਰੇ ਗੁਰਬਾਣੀ ਦਾ ਫੁਰਮਾਨ ਹੈ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਸਮੇਂ ਦੀ ਮੰਗ ਹੈ ਸਮੁੱਚੀ ਕੌਮ ਅੰਮ੍ਰਿਤਧਾਰੀ ਹੋਵੇ ਖਾਲਸੇ ਦੀ 300 ਸਾਲਾ ਸ਼ਤਾਬਦੀ ਤੇ 1999 ਦੀ ਵਿਸਾਖੀ ਜੋ ਸੰਦੇਸ਼ ਸੰਗਤਾਂ ਨੂੰ ਦੇ ਰਹੀ ਹੈ ਉਸ ਦਾ ਵਰਣਨ ਪਾਲਾ ਵਾਲਾ ਜਥਾ ਇਹ ਇਉਂ ਬਿਆਨ ਕਰ ਰਿਹਾ ਹੈ
ਜਗਦੀ ਜਗਦੀ ਨੇ ਵਿਖਾਇਆ ਰੰਗ ਆਇਆ ਜਦ ਵੇਲਾ ਛੱਕ ਅੰਮ੍ਰਿਤ ਖੰਡੇ ਦਾ ਸੰਗਤੇ ਕਰ ਲਓ ਜਨ ਮਸਹਿਲਾ ਛੱਕ ਅੰਮ੍ਰਿਤ ਖੰਡੇ ਦਾ ਸੰਗਤੇ ਕਰ ਲਓ ਜਨ ਮਸਹਿਲਾ ਸਾਧ ਸੰਗਤ ਜੀਓ, ਸਿੱਖ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਸੇਵਾ ਕਰ ਰਿਹਾ ਸੀ ਪਾਲਾਂ ਵਾਲਾ ਜਥਾ। ਗੁਰਵਿੰਦਰ ਸਿੰਘ ਹੀਰਾ, ਪਰਮਜੀਤ ਸਿੰਘ ਪੰਮੀ, ਬਲਜੀਤ ਸਿੰਘ ਨਿਮਾਣਾ, ਰਿਸ਼ਪਾਲ ਸਿੰਘ ਪਾਲ, ਪਿੰਡ ਪਾਲਾਂ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਵਾਲੇ, ਇੰਨੀ ਕਹਿੰਦੇ ਹੋਏ ਸਾਧ ਸੰਗਤਾਂ ਤੋਂ ਖਿਮਾ ਮੰਗਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।